ਨਾਲ ਬੰਦ ਕਰ ਦਿੱਤੀਆਂ ਤੇ ਅਜੇ 500 ਦਰਖਾਸਤ ਹੋ ਗਈ ਹੈ। ਦਰਖਾਸਤ ਅਜੇ ਹੋਈਆਂ 40, 10 ਮਿੰਟ ਉਹਨਾਂ ਦਰਖਾਸਤਾਂ ਲਈਆਂ, ਉਸ ਤੋਂ ਬਾਅਦ ਦਰਖਾਸਤਾਂ ਲਈਆਂ ਹੀ ਕੋਈ ਨਹੀਂ ਤੇ ਆਉਂਦੇ ਜੀ ਪੂਰੀਆਂ ਹੋ ਗਈਆਂ। ਬਾਹਰੋਂ ਬਾਹਰ ਪੈਸੇ ਲੈ ਕੇ ਦਰਖਾਸਤਾਂ ਲੈਂਦੇ ਆ ਤੇ ਸਾਨੂੰ ਕਹਿ ਦਿੰਦੇ ਜੀ ਦਰਖਾਸਤਾਂ ਪੂਰੀਆਂ ਹੋ ਗਈਆਂ। ਆੜ੍ਹਤੀਆਂ ਕੋਲੋਂ ਲੈਂਦੇ ਆ, ਵੱਡੇ ਜ਼ਿਮੀਂਦਾਰਾਂ ਕੋਲੋਂ। ਹੁਣ 2 ਕਿੱਲਿਆਂ ਵਾਲਾ ਕਿੱਥੇ ਜਾਏ? ਅੱਗੇ ਅਸੀਂ ਮੁੰਜੀਆਂ ਦੇ ਮਰੇ ਪਏ, ਹੁਣ ਕਣਕਾਂ 'ਚ ਮਾਰ ਦਿਓ ਤੇ ਮੁੜ ਕੇ ਫਿਰ ਤੁਸੀਂ। ਇੰਤਜ਼ਾਮੀਆ ਕੁਝ ਨਹੀਂ ਜੀ ਕੀਤਾ, ਪੁਲਿਸ ਵਾਲੇ ਵੀ ਇੱਥੇ ਨੇ, ਕੋਈ ਕਿਸੇ ਨੂੰ ਫੜਨ ਵਾਲਾ ਨਹੀਂ, ਡੱਕਣ ਵਾਲਾ ਨਹੀਂ, ਬਸ ਸਾਰੇ ਦੂਰ ਖਲੋਤੇ ਦੇਖਦੇ ਆ ਵੀ ਇਹ ਲੜ ਲੈਣ ਮਰ ਲੈਣ, ਅਸੀਂ ਫੇਰ ਹੀ ਨੇੜੇ ਜਾਵਾਂਗੇ। ਸਾਡੀ ਇਹ ਅਪੀਲ ਹੈ ਜੀ, ਜਿਹੜੀਆਂ ਦਰਖਾਸਤਾਂ ਜਮੇ ਨਾ ਪੈਸੇ ਜਮ੍ਹਾਂ ਕਰਾਏ ਸੀ ਉਸੇ ਤਰ੍ਹਾਂ ਉਹ ਯਾਨੀ ਕਿ ਨੰਬਰ ਦਿੰਦੇ, ਹੁਣ ਇੱਥੇ ਬੰਦੇ ਮਰੀ ਜਾਂਦੇ ਆ, ਲੜੀ ਜਾਂਦੇ ਆ, ਸਾਨੂੰ ਪਤਾ ਨਹੀਂ ਇਹਨਾਂ ਕਿਹੜੇ ਖਾਤੇ ਪਾਉਣਾ ਕਿਹੜੇ ਨਹੀਂ। ਪਹਿਲਾਂ ਰੇਟ ਜਿਹੜਾ ਡਾਊਨ ਕਰ ਦਿੰਦੇ ਆ, ਮੁੜ ਕੇ ਰੇਟ ਵਧਾ ਛੱਡਦੇ ਆ ਜਦੋਂ।